ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਲਾਈਵ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਅੱਗੇ ਜਿਵੇਂ ਮੈਂ ਕੱਲ ਪੋਸਟ ਪਾਈ ਸੀ ਵੀ ਅੱਜ ਸ਼ਾਮ ਨੂੰ 7:30 ਵਜੇ ਭਾਈ ਅਮਰਤ ਸਿੰਘ ਅਮਰਪਾਲ ਸਿੰਘ ਦੇ ਬਾਰੇ ਜੋ ਉੱਥੇ ਹੋਇਆ ਪੰਜਾਬ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪਰ ਸੋਚਿਆ ਨਹੀਂ ਸੀ ਵੀ ਇੱਕ ਹੋਰ ਮੰਧ ਭਾਗੀ ਕਟਣਾ ਜਿਹੜੀ ਅੱਜ ਐਤਵਾਰ 26 ਮਾਰਚ 2023 ਨੂੰ ਵਾਪਰੀਆ ਉਹਦੇ ਬਾਰੇ ਵੀ ਬੋਲਣਾ ਪਏਗਾ ਸੋ ਅੱਜ ਦੁਪਹਿਰੇ ਗੁਰਦੁਆਰਾ ਸਾਹਿਬ ਬਰਾਜਾ ਸ਼ਾ ਸੈਕਰਾਮੈਂਟੋ ਜਿਹੜਾ ਬਰਾਜਾ ਸ਼ਾ ਰੋਡ ਦੇ ਉੱਪਰ ਆ ਨਗਰ ਕੀਰਤਨ ਦੇ ਸਮੇਂ ਜਦ ਕਿ ਨਗਰ ਕੀਰਤਨ ਉੱਥੇ ਨਹੀਂ ਸੀ ਆਲਰੇਡੀ ਆ ਜਾ ਚੁੱਕਾ ਸੀ ਵਾਪਸ ਆ ਰਿਹਾ ਸੀ ਉਸ ਤੋਂ ਪਿੱਛੇ ਗੁਰਦੁਆਰਾ ਸਾਹਿਬ ਦੀ ਗਰਾਊਂਡ ਦੇ ਵਿੱਚ ਦੋ ਟੜਿਆਂ ਦੀ ਆਪਸੀ ਲੜਾਈ ਇਹ ਕਰਕੇ ਸ਼ੂਟਿੰਗ ਹੋਈ ਆ ਗੋਲੀ ਚੱਲੀ ਆ ਇੱਕ ਦੂਜੇ ਤੇ ਮੇਰੇ ਖਿਆਲ ਚ ਇਹਨਾਂ ਨੇ ਗੋਲੀਆਂ ਚਲਾਈਆਂ ਆ ਤੇ ਦੋ ਮੁੰਡੇ ਜਿਹੜੇ ਨੇ ਉਹ ਜ਼ਖਮੀ ਹੋਏ ਆ ਉਸ ਸ਼ੂਟਿੰਗ ਦੇ ਵਿੱਚ ਤੇ ਜਿਵੇਂ ਕਿ ਵੀਡੀਓਜ਼ ਆ ਰਹੀਆਂ ਆ ਬਹੁਤ ਸਾਰੇ ਲੋਕਾਂ ਵੱਲੋਂ ਵੀ ਕੁਝ ਵਿਅਕਤੀ ਫੜੇ ਗਏ ਨੇ ਅਸਲੀ ਉਹਦੀ ਕਹਾਣੀ ਕੀ ਹੈਗੀ ਆ ਵੀ ਉਹ ਕਿਉਂ ਚਲੀਆਂ ਗੋਲੀਆਂ ਜ਼ਖਮੀਆਂ ਦੀ ਹਾਲਤ ਕੀ ਹੈਗੀ ਆ ਜਾਂ ਕੀ ਇਸ ਵੇਲੇ ਚੱਲ ਰਿਹਾ ਉਹਦੇ ਬਾਰੇ ਮੇਰੇ ਕੋਲ ਕੋਈ ਵੀ ਅਪਡੇਟਡ ਜਾਣਕਾਰੀ ਨਹੀਂ ਆ ਜਿਵੇਂ ਜਿਵੇਂ ਤੁਹਾਡੇ ਕੋਲ ਆਏਗੀ ਮੈਂ ਫੇਸਬੁਕ 'ਤੇ ਆਹੀਂ ਜਾਂ ਸਾਜੀ ਸੋਚ ਟੀਵੀ ਆਹੀਂ ਤੁਹਾਡਾ ਸ਼ੇਅਰ ਕਰਦਾ ਰਹਿਵਾਂਗਾ ਉਸ ਤੋਂ ਪਹਿਲਾਂ ਮੈਂ ਇਸ ਵਿਸ਼ੇ ਦੇ ਉੱਤੇ ਅੱਗੇ ਵਧਾਂ ਮੈਂ ਗੱਲ ਕਰਨੀ ਚਾਹਾਂਗਾ ਵੀ ਸਭ ਤੋਂ ਪਹਿਲਾਂ ਤਾਂ ਬਰਾੜ ਸ਼ਾਹ ਗੁਰੂ ਘਰ ਦੀ ਕਮੇਟੀ ਵਧਾਈ ਦੀ ਪਾਤਰ ਆ ਜਿਨ੍ਹਾਂ ਨੇ ਇੰਨਾ ਸੋਹਣਾ ਗੁਰੂ ਘਰ ਬਣਾਇਆ ਕਿਉਂਕਿ ਕਮੇਟੀ ਜਦੋਂ ਕੋਈ ਪ੍ਰੋਜੈਕਟ ਆਰੰਭਦੀ ਆ ਉਹਦੇ ਲਈ ਪੈਸਾ ਚਾਹੀਦਾ ਹੁੰਦਾ ਆ ਸਭ ਕੋ ਔਖਾ ਕੰਮ ਹੁੰਦਾ ਆ ਪੈਸਾ ਇਕੱਠਾ ਕਰਨਾ ਜੇ ਕਮੇਟੀ ਵਾਲਿਆਂ ਦੀ ਕਮਿਊਨਿਟੀ ਚ ਬਣੀ ਹੋਵੇ ਤਾਂ ਪੈਸਾ ਇਕੱਠਾ ਹੋ ਜਾਂਦਾ ਆ ਗੁਰੂ ਘਰ ਦੀ ਇਮਾਰਤ ਵਧੀਆ ਸਿਰੇ ਚੜ ਜਾਂਦੀ ਆ ਸੋ ਇਹ ਮੇਰੇ ਵੀਰ ਜਿਹੜੇ ਬਰਾਡਸ਼ਾ ਗੁਰਦੁਆਰੇ ਵਾਲੇ ਜਿਨ੍ਹਾਂ ਨੇ ਇਹ ਸਾਰਾ ਗੁਰੂ ਘਰ ਬਣਾਇਆ ਤੇ ਪਹਿਲਾ ਨਗਰ ਕੀਰਤਨ ਕੀਤਾ ਇਹ ਵਧਾਈ ਦੇ ਪਾਤਰ ਨੇ ਜਿਹੜੀ ਅੱਜ ਪ੍ਰਬੰਧਕਾਂ ਨੇ ਜਾਂ ਮੈਨੇਜਮੈਂਟ ਕਮੇਟੀ ਨੇ ਪਿਛਲੇ 3 ਦਿਨ ਤੋਂ ਜਿਹੜਾ ਇਹ ਪ੍ਰੋਗਰਾਮ ਅਲਿਖਿਆ ਸੀ ਉਹ ਵੀ ਬਹੁਤ ਵਧੀਆ ਹੋਇਆ ਐਨ ਆਖਰ ਦੇ ਵਿੱਚ ਜਿਹੜਾ ਇੱਕ ਗੰਦ ਪਾਇਆ ਕੁਝ ਲੋਕਾਂ ਨੇ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਆ ਸੋ ਇਸ ਦੇ ਵਿੱਚ ਕਲੀਅਰ ਸ਼ਬਦਾਂ ਚ ਮੈਂ ਕਹਿਣਾ ਚਾਹਾਂਗਾ ਵੀ ਗੁਰੂ ਘਰ ਦੀ ਕਮੇਟੀ ਦਾ ਕੋਈ ਵੀ ਰੋਲ ਨਹੀਂ ਆ ਹੁਣ ਗੁਰੂ ਘਰ ਦੀ ਕਮੇਟੀ ਇਕੱਲੇ-ਇਕੱਲੇ ਮੈਂਬਰ ਦੀ ਚੈਕਿੰਗ ਦਾ ਕਰ ਨਹੀਂ ਸਕਦੀ ਇਹ ਤਾਂ ਸਾਨੂੰ ਸ਼ਰਮ ਚਾਹੀਦੀ ਆ ਵੀ ਅਸੀਂ ਗੁਰੂ ਘਰ ਲੜਨ ਜਾਂਦੇ ਆਂ ਗੰਨਾ ਲੈ ਕੇ ਜਾਂਦੇ ਆਂ ਜਦ ਕਿ ਜੇ ਤੁਸੀਂ ਆਪਣੀ ਅੱਗ ਬੁਝਾਉਣੀ ਆ ਜਾਂ ਤੁਸੀਂ ਆਪਣੀ ਕੋਈ ਦੁਸ਼ਮਣੀ ਕੱਢਣੀ ਆ ਟਾਈਮ ਪਾ ਲਓ ਪਰ ਪਾਰਕਾ ਹੈਗੀਆਂ ਹੋਰ ਗਰਾਊਂਡ ਆ ਹੈਗੀਆਂ ਫਾਰਮ ਹੈਗੇ ਆ ਉੱਥੇ ਮਰ ਮੁੱਕ ਲੋ ਅੱਜ ਜਿਹੜੀ ਗੋਲੀ ਚੱਲੀ ਆ ਇਹ ਗੋਲੀ ਕਿਸੇ ਦੇ ਵੀ ਲੱਗ ਸਕਦੀ ਸੀ ਸ਼ਾਇਦ ਇੱਕ ਤੋਂ ਹੋਰ ਮੈਨੂੰ ਪਤਾ ਲੱਗਾ ਵੀ ਸੰਗਤ ਦੇ ਮੈਂਬਰਾਂ ਦੇ ਵੀ ਲੱਗੀ ਆ ਪਰ ਮੈਂ ਕਨਫਰਮ ਨਹੀਂ ਕਰ ਸਕਦਾ ਪਰ ਇੰਨਾ ਪਤਾ ਲੱਗਾ ਵੀ ਦੋ ਬੰਦੇ ਜ਼ਖਮੀ ਹੋਇਆ ਜਿਹਨਾਂ ਨੇ ਇਹ ਵੀਡੀਓਜ਼ ਦੇਖੀਆਂ ਹੈਗੀਆਂ ਇਹ ਗੋਲੀਆਂ ਸਾਡੇ ਗੁਰੂ ਘਰਾਂ ਵਿੱਚ ਕਿਉਂ ਚੱਲਣ ਲੱਗੀਆਂ ਇਹਦੇ ਪਿੱਛੇ ਵੀ ਕੁਝ ਗੁਰੂ ਘਰਾਂ ਦੇ ਮੈਂ ਬਰਾਰ ਸ਼ਾਹ ਗੁਰੂ ਘਰ ਦੀ ਗੱਲ ਨਹੀਂ ਕਰ ਰਿਹਾ ਮੈਂ ਕਲੀਅਰ ਕਰ ਦਣਾ ਕੁਝ ਗੁਰੂ ਘਰਾਂ ਦੀਆਂ ਕਮੇਟੀਆਂ ਜ਼ਿੰਮੇਵਾਰ ਨਹੀਂ ਕਮੇਟੀਆਂ ਨੇ ਆਪਣੀ ਹੋਂਮੇ ਪਾਲਣ ਲਈ ਆਪਣਾ ਕਬਜ਼ਾ ਜਮਾ ਕੇ ਰੱਖਣ ਵਾਸਤੇ ਕਮੇਟੀਆਂ ਨੇ ਗੁਰੂ ਘਰਾਂ ਦੇ ਵਿੱਚ ਗੁੰਡੇ ਪਾਲਣੇ ਸ਼ੁਰੂ ਕਰ ਦਿੱਤੇ ਮੇਰੀ ਗੱਲ ਦਾ ਸ਼ਾਇਦ ਬਹੁਤ ਲੋਕਾਂ ਨੂੰ ਦੁੱਖ ਲੱਗੇਗਾ ਤਕਲੀਫ ਵੀ ਹੋਏਗੀ ਸਚਾਈ ਇਹ ਆ ਕਿ ਕੁਝ ਨਾਮਵਰ ਗੁਰੂ ਘਰ ਜਿਹਨਾਂ ਦਾ ਮੈਂ ਨਾਂ ਨਹੀਂ ਲਵਾਗਾ ਉਹਨਾਂ ਦੀਆਂ ਕਮੇਟੀਆਂ ਨੇ ਗੁੰਡੇ ਪਾਲਣੇ ਸ਼ੁਰੂ ਕਰਤੇ ਤਾਂ ਕਿ ਲੋੜ ਪੈਣ ਤੇ ਆਪਣੇ ਦੀ ਵਿਰੋਧੀ ਧਿਰ ਦੇ ਖਿਲਾਫ ਉਹਨਾਂ ਨੂੰ ਵਰਤਿਆ ਜਾ ਸਕੇ ਪਹਿਲਾਂ ਤਾਂ ਗੁੰਡਿਆਂ ਨੂੰ ਇਹ ਵਰਤਦੇ ਨੇ ਮੁੜ ਕੇ ਕੋਈ ਗੁੰਡੇ ਗਾਂ ਦੀ ਗਾਂ ਬਦਕੇ ਦੁਸ਼ਮਣੀਆਂ ਪਾਲ ਲੈਣ ਦੇ ਦੂਜੇ ਥਾਂਾਂ ਤੇ ਜਾ ਕੇ ਵੀ ਲੜਾਈਆਂ ਕਰਦੇ ਨੇ ਸਭ ਤੋਂ ਮਾੜੀ ਗੱਲ ਉਦੋਂ ਹੁੰਦੀ ਆ ਜਦੋਂ ਕਮੇਟੀਆਂ ਵੱਲੋਂ ਪਾਲੇ ਹੋਏ ਗੁੰਡੇ ਗੁਰੂ ਘਰਾਂ 'ਚ ਲੜਦੇ ਨੇ ਤੇ ਫਿਰ ਇਹ ਕਮੇਟੀ ਮੈਂਬਰ ਗੁਰਦੁਆਰੇ ਦੀਆਂ ਵੀਡੀਓ ਡਿਲੀਟ ਕਰਦੇ ਨੇ ਜਾਂ ਗੁਰਦੁਆਰੇ ਦੀਆਂ ਵੀਡੀਓ ਪੁਲਿਸ ਨੂੰ ਦਿੰਦੇ ਨਹੀਂ ਤਾਂ ਕਿ ਇਹ ਆਪਣੇ ਬੰਦਿਆਂ ਨੂੰ ਬਚਾ ਸਕਣ ਪਿਛਲੇ ਸਮੇਂ 'ਚ ਹੋਏ ਇਨਸੀਡੈਂਟਾਂ ਦੇ ਸਮੇਂ ਇਹ ਕੁਝ ਹੋਇਆ ਹੈ ਸਾਰੀ ਦੁਨੀਆ ਨੂੰ ਪਤਾ ਆ ਮੈਂ ਕਿਹੜੇ ਕਿਹੜੇ ਗੁਰੂ ਘਰ ਦੀ ਗੱਲ ਕਰਦਾ ਆ ਸੋ ਸਾਦ ਸੰਗਤੀ ਵਿਰੋਹ ਆਪਾਂ ਨੂੰ ਇਹ ਸੋਚਣ ਦੀ ਲੋੜ ਆ ਕਿ ਸਾਨੂੰ ਉਹ ਜਿਹੜੀਆਂ ਕਮੇਟੀਆਂ ਗੁੰਡੇ ਪਾਲਦੀਆਂ ਜਾਂ ਕਬਜ਼ਾ ਜਮਾ ਕੇ ਰੱਖਣਾ ਚਾਹੁੰਦੀਆਂ ਨੇ ਸਾਨੂੰ ਉਹਨਾਂ ਨੂੰ ਗੁਰੂ ਘਰ ਤੋਂ ਬਾਹਰ ਦਾ ਰਸਤਾ ਦਿਖਾਉਣਾ ਜ਼ਰੂਰੀ ਆ ਜੇਕਰ ਅਸੀਂ ਉਹ ਕੰਮ ਨਹੀਂ ਕਰਾਂਗੇ ਤਾਂ ਹੋਏਗਾ ਕੀ ਜੋ ਅੱਜ ਹੋਇਆ ਥੋੜਾ ਸਾਹਮਣੇ ਹੀ ਆ ਉਹ ਜਿਹੜੇ ਦੋ ਮੁੰਡੇ ਜ਼ਖਮੀ ਹੋਏ ਆ ਜਾਂ ਅੱਜ ਕਿਸੇ ਦੇ ਗੋਲੀ ਲੱਗੀ ਆ ਜਾਂ ਜਿਹੜੇ ਅਰੈਸਟ ਹੋਏ ਨੇ ਉਹ ਵੀ ਕਿਸੇ ਮਾਂ ਦੇ ਪੁੱਤ ਨੇ ਭੈਣ ਦੇ ਭਰਾ ਨੇ ਜੇ ਕੋਈ ਮੈਰਿਡ ਆ ਉਹਨਾਂ ਦੇ ਬੱਚੇ ਵੀ ਹੋ ਸਕਦੇ ਨੇ ਘਰ ਵਾਲੀਆਂ ਘਰ ਹੋਣਗੀਆਂ ਉਹਨਾਂ ਨੂੰ ਇਸ ਰਸਤੇ ਤੇ ਤੋਰਿਆ ਕੇ ਰਿਆਂ ਇਹ ਜਿਹੜੇ ਜੁਨਿਕ ਮੇਰੇ ਕੋਲ ਜਾਣਕਾਰੀ ਆਈ ਆ ਪਿੱਛੇ ਜਿਹੜੀ ਸ਼ੂਟਿੰਗ ਹੋਈ ਸੀ ਇੱਕ ਸਟੋਕਨ ਸ਼ਾਇਦ ਇਹ ਅੱਜ ਦੀ ਜਿਹੜੀ ਲੜਾਈ ਆ ਇਹ ਵੀ ਉਹਦਾ ਹੀ ਹਿੱਸਾ ਹੈ ਪਰ ਜਿੰਨੇ ਚਿਰ ਸਾਡੀਆਂ ਕਮੇਟੀਆਂ ਨਹੀਂ ਸੁਧਰਨਗੀਆਂ ਗੁਰੂ ਘਰਾਂ ਦੀਆਂ ਆਪਣੀ ਈਗੋ ਲਈ ਇਹ ਕੰਮ ਕਰਨਾ ਨਹੀਂ ਬੰਦ ਕਰਨੀਂ ਆ ਨਵੇਂ ਆਏ ਮੁੰਡਿਆਂ ਨੂੰ ਹੱਲਾਸ਼ੇਰੀਆਂ ਦੇ ਕੇ ਇਹੋ ਜੇ ਕੰਮ ਕਰਨ ਦੀ ਪ੍ਰੇਰਣਾ ਨਹੀਂ ਦੇਣੋਂ ਹਟਣਗੀਆਂ ਉਹਨਾਂ ਚਿਰ ਇਹ ਕੰਮ ਹੁੰਦਾ ਰਹੇਗਾ ਹੁਣ ਆਉਣ ਵਾਲੇ ਦਿਨਾਂ ਵਿੱਚ ਤਿੰਨ ਚਾਰ ਹੋਰ ਗੁਰੂ ਘਰਾਂ ਦੇ ਨਗਰ ਕੀਰਤਨ ਹੋ ਰਹੇ ਨੇ ਅਗਲੇ ਮਹੀਨੇ ਦੇ ਵਿੱਚ ਵਿੱਚ ਕੀ ਸੰਗਤਾਂ ਉੱਥੇ ਜਾ ਰਹੀਆਂ ਕੀ ਲੋਕਾਂ ਨੇ ਮੰਦਰ ਵਿੱਚ ਡਰ ਨਹੀਂ ਹੋਏਗਾ ਜਾਂ ਜੇ ਇਹ ਲੜਾਈ ਇੱਥੇ ਮੁੱਕ ਗਈ ਆ ਇਹਨਾਂ ਲੋਕਾਂ ਨੂੰ ਇਹ ਸ਼ਰਮ ਕਿਉਂ ਨਹੀਂ ਆਉਂਦੀ ਵੀ ਭਾਈ ਅਸੀਂ ਜੇ ਆਪਣੀ ਅੱਗ ਬਚਾਉਣੀ ਆ ਤਾਂ ਬਾਹਰ ਕਿਤੇ ਲੜ ਲਈਏ ਅੱਜ ਮੈਂ ਬਰਾੜਸ਼ਾ ਗੁਰੂ ਘਰ ਦੀ ਕਮੇਟੀ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਇਸ ਲਾਈਵ ਦੇ ਵਿੱਚ ਤੁਹਾਡੇ ਕੋਲ ਜਿੰਨਾ ਵੀ ਐਵੀਡੈਂਸ ਇਕੱਠਾ ਹੋ ਸਕਦਾ ਪੁਲਿਸ ਨੂੰ ਜ਼ਰੂਰ ਦਿਓ ਤਾਂ ਕਿ ਜਿਨ੍ਹਾਂ ਨੇ ਤੁਹਾਡਾ ਇਹਨਾਂ ਵਿਧਿਆ ਪਰੋਰਾਂ ਖਰਾਬ ਕੀਤਾ ਆ ਉਹਨਾਂ ਨੂੰ ਨੱਥ ਪਾ ਸਕੇ ਇੱਥੇ ਤੱਕ ਵੀ ਮੈਂ ਕਹਾਂਗਾ ਵੀ ਜਿਹੜੇ ਬੰਦੇ ਦੋਸ਼ੀ ਸਾਬਤ ਹੁੰਦੇ ਨਹੀਂ ਗੁਰੂ ਘਰ ਉਹਨਾਂ ਦੇ ਉੱਤੇ ਰਸਟ੍ਰੇਨਿੰਗ ਆਰਡਰ ਲਵੇ ਪਿੱਛੇ ਜੇ ਸਟਾਕਰ ਵੀ ਕਿੰ ਲੋਕਾਂ ਨੇ ਵੀਡੀਓ ਬਣਾ ਕੇ ਗਾਲਾ ਗੂੜਾ ਇੱਕ ਦੂਜੇ ਨੂੰ ਕੱਢੀਆਂ ਸੀ ਉਦੋਂ ਵੀ ਮੈਂ ਇੱਕ ਲਾਈਵ ਦੇ ਵਿੱਚ ਕਿਹਾ ਸੀ ਵੀ ਕਮੇਟੀ ਇਹਨਾਂ ਲੋਕਾਂ ਤੇ ਐਕਸ਼ਨ ਲਵੇ ਜਿਹੜਾ ਬੰਦਾ ਕਿਸੇ ਨੂੰ ਇਹ ਕਹਿੰਦਾ ਨਾ ਆ ਜੀ ਗੁਰਦੁਆਰੇ ਆ ਜੀ ਟਾਈਮ ਪਾ ਲਈ ਤੈਨੂੰ ਦੇਖ ਲਵਾਂਗੇ ਉਹਦੇ ਤੇ ਕਮੇਟੀ ਪਰਮਾਨੈਂਟਲੀ ਸਟੇਨਿੰਗ ਆਰਡਰ ਲਵੇ ਕਿਉਂਕਿ ਉਹ ਬੰਦਾ ਗੁਰੂ ਘਰ ਨੂੰ ਜੰਗ ਦੀ ਮੈਦਾਨ ਬਣਾ ਰਿਹਾ ਪਰ ਕਮੇਟੀਆਂ ਇਹ ਕੰਮ ਕਰਦੀਆਂ ਨਹੀਂ ਸਟਾਕ ਨਾਲਾਂ ਨੇ ਵੀ ਨਹੀਂ ਕੀਤਾ ਕਿਉਂਕਿ ਕਈ ਵਾਰੀ ਬੰਦੇ ਆਪਣੇ ਹੁੰਦੇ ਆ ਮੈਂ ਨਾਲ ਲੈਣਾ ਚਾਹੁੰਦਾ ਹੋਇਆ ਵੀ ਮਜਬੂਰੀ ਬਸ ਨਾਲ ਲੈਣਾ ਪੈ ਗਿਆ ਕਿਉਂਕਿ ਇਹ ਲੜਾਈ ਜਿਹੜੀ ਅੱਜ ਹੋਈ ਆ ਉਹ ਪਿੱਛੋਂ ਤੋਂ ਹੀ ਆਉਂਦੀ ਆ ਮੇਰੀਆਂ ਗੱਲਾਂ ਕੋੜੀਆਂ ਹੁੰਦੀਆਂ ਕਈ ਵਾਰੀ ਲੋਕਾਂ ਨੂੰ ਨਹੀਂ ਹਾਜ਼ਮ ਹੁੰਦੀਆਂ ਮੈਨੂੰ ਵੀ ਅੱਜ ਇੱਕ ਧੰਕੀ ਆਈ ਆ ਉਹਦੇ ਬਾਰੇ ਆਪਾਂ ਬਾਅਦ ਵਿੱਚ ਗੱਲਬਾਤ ਕਰਾਂਗੇ ਇਹਦੇ ਵਿੱਚ ਹੀ ਲਾਈ ਦੇ ਐਂਡ ਤੇ ਪਰ ਜਿਹੜਾ ਵਿਸ਼ਾ ਮੇਨ ਆ ਉਹ ਇਹ ਆ ਕਿ ਚਾਹੇ ਕੋਈ ਗੋਲੀ ਮਾਰਦਾ ਹੋਇਆ ਚਾਹੇ ਕਿਸੇ ਦੇ ਵੱਜਦੀ ਆ ਗੋਲੀ ਕਦੀ ਇਹ ਨਹੀਂ ਦੇਖਦੀ ਕਿ ਉਹ ਕਿਹਦੇ ਲੱਗਣੀ ਆ ਜਿਹੜਾ ਮਾਰਦਾ ਆ ਉਹਦੀ ਮਾਂ ਦਾ ਪੁੱਤ ਹੁੰਦਾ ਜੇ ਕੋਈ ਮਰ ਜਵੇ ਉਹ ਜਹਾਨੋਂ ਜਾਂਦਾ ਲੱਗਣਾ ਜੇ ਕੋਈ ਬਚ ਗਿਆ ਉਹਨੇ ਜੇਲ ਚਲ ਜਾਣਾ ਘਰ ਤਾਂ ਦੋਨੇ ਉੱਤਰਦੇ ਆ ਨਾ ਮਾਸ਼ਾਅੱਲਾ ਕਿ ਜਿਹੜੇ ਡੱਬੂ ਕੰਨ ਤੇ ਚੜ ਜਾਂਦੇ ਨੇ ਉਹਨਾਂ ਦਾ ਕੁਝ ਨਹੀਂ ਜਾਂਦਾ ਸੋ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਜਾਗੋ ਸਾਨੂੰ ਇਹਨਾਂ ਲੋਕਾਂ ਨੂੰ ਨੰਗੇ ਕਰਨ ਦੀ ਜ਼ਰੂਰਤ ਹੈਗੀ ਆ ਸੋ ਮੈਂ ਇੱਕ ਵਾਰੀ ਫੇਰ ਬਰਾਦਸ਼ਾ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਧੰਨਵਾਦ ਕਰਦਾ ਵੀ ਉਹਨਾਂ ਨੇ ਬਹੁਤ ਸੋਣਾ ਪ੍ਰੋਗਰਾਮ ਲਿਖਿਆ ਵਧੀਆ ਨੇ ਪਰ ਚੜ ਗਿਆ ਸੀ ਪਰ ਜਿਹਨਾਂ ਲੋਕਾਂ ਨੇ ਤੁਹਾਡਾ ਪ੍ਰੋਗਰਾਮ ਖਰਾਬ ਕੀਤਾ ਮੈਂ ਉਮੀਦ ਕਰਦਾ ਉਸ ਕਮੇਟੀ ਤੋਂ ਪਰ ਤੁਸੀਂ ਆਪਣੇ ਤੌਰ ਤੇ ਇੱਕ ਐਕਸ਼ਨ ਜ਼ਰੂਰ ਲਾਉਂਗੇ ਜਿਨ੍ਹਾਂ ਬੰਦਿਆਂ ਦੀ ਗਲਤੀ ਸਾਹਮਣੇ ਹੁੰਦੀ ਆ ਸੋ ਇਹ ਤਾਂ ਗੱਲ ਹੋਈ ਅੱਜ ਦੀ ਜਿਹੜੀ ਸ਼ੂਟਿੰਗ ਹੋਈ ਆ ਸਭ ਨੂੰ ਪਤਾ ਆਏ ਇਹਦੇ ਪਿੱਛੇ ਕਿਉਂ ਹੁੰਦੀਆਂ ਆ ਕਿਹੜੀਆਂ ਕਮੇਟੀਆਂ ਇਹ ਕੰਮ ਕਰਦੀਆਂ ਆ ਕਿਸ ਤਰੀਕੇ ਨਾਲ ਸਾਰਾ ਕੰਮ ਹੋ ਰਿਹਾ ਆ ਜੇਕਰ ਇਹ ਹੱਬ ਕੰਮ ਚੱਲਦਾ ਰਿਹਾ ਆਉਣ ਵਾਲੇ ਦਿਨਾਂ 'ਚ ਹੌਲੀ-ਹੌਲੀ ਸਾਡੀ ਜਿਹੜੀ ਸੰਗਤ ਆ ਗੁਰੂ ਘਰਾਂ ਤੋਂ ਜਾਣ ਤੋਂ ਹਟ ਜੇਗੀ ਹੁਣ ਆਪਾਂ ਗੱਲ ਕਰਨੀ ਆ ਪੰਜਾਬ ਦੇ ਵਿੱਚ ਜੋ ਇਨਸੀਡੈਂਟ ਹੋਇਆ ਆ ਭਾਈ ਅਮਰਤਪਾਲ ਸਿੰਘ ਦੇ ਨਾਲ ਅੱਜ 9ਵਾਂ ਦਿਨ ਹੋ ਗਿਆ ਹਜੇ ਤੱਕ ਸਰਕਾਰ ਨੇ ਜਾਂ ਕਿਸੇ ਨੇ ਇਹ ਨਹੀਂ ਦੱਸਿਆ ਵੀ ਭਾਈ ਅਮਰਤਪਾਲ ਸਿੰਘ ਹੈ ਕਿੱਥੇ ਆ ਇੱਕ ਗੱਲ ਤਾਂ ਬਹੁਤ ਕਲੀਅਰ ਆ ਜਿੰਨੀਆਂ ਕ ਮੈਸੇਜ ਪੀਚਾਂ ਉਹ ਭਾਈ ਅਮਰਤਪਾਲ ਸਿੰਘ ਦੀਆਂ ਸੁਣੀਆਂ ਤਾਂ ਜਿੰਨਾ ਕੋਈ ਮੈਨੂੰ ਕਾਲ ਕਰ ਰਿਹਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਕਾਲ ਨਾ ਕਰੋ ਭਾਈ ਅਮਰਤਪਾਲ ਸਿੰਘ ਦੀ ਦਿੱਖ ਤੋਂ ਉਹਨਾਂ ਦੇ ਵਿਚਾਰਾਂ ਤੋਂ ਮੈਨੂੰ ਨਹੀਂ ਲੱਗਦਾ ਵੀ ਉਹ ਬੰਦਾ ਭੱਜਣ ਵਾਲਾ ਸੀ ਤੇ ਨਾ ਹੀ ਉਹ ਭੱਜਿਆ ਹੋਵੇਗਾ ਸੋਚਣ ਵਾਲੀ ਗੱਲ ਇਹ ਆ ਵੀ ਜਿਹੜਾ ਆਪਰੇਸ਼ਨ ਸਰਕਾਰ ਨੇ ਕੀਤਾ ਉਦੋਂ ਇਹ ਤਾਂ ਹੈ ਨਹੀਂ ਵੀ 2 ਘੰਟਿਆਂ 'ਚ ਪਲੈਨਿੰਗ ਕਰ ਲਈ ਕਈ ਹਫ਼ਤੇ ਤੋਂ ਪਲੈਨਿੰਗ ਚੱਲਦੀ ਹੋਵੇਗੀ ਜੇਕਰ ਤੁਸੀਂ ਭਾਈ ਅਮਰਪਾਲ ਸਿੰਘ ਨੂੰ ਫੜਨਾ ਹੀ ਸੀ ਤਾਂ ਸਵੇਰੇ ਤੜਕੇ ਉਹਨੇ ਘਰੇ ਘੇਰਾ ਪਾ ਕੇ ਤਾਂ ਉਹਨੂੰ ਘਰ ਤੋਂ ਨਹੀਂ ਫੜਿਆ ਜਾ ਸਕਦਾ ਸੀ ਜਦੋਂ ਸਰਕਾਰਾਂ ਇਹੋ ਜਿਹਾ ਐਕਸ਼ਨ ਕਰਦੀਆਂ ਨੇ ਜਾਂ ਕਿਸੇ ਨੂੰ ਫੜਨ ਦੀ ਪਲਾਨ ਬਣਾਉਂਦੀਆਂ ਨੇ ਕਈ ਕਈ ਦਿਨ ਪਹਿਲਾਂ ਉਹ ਬੰਦੇ ਦੀ ਹਰ ਮੂਵਮੈਂਟ ਦੇ ਉੱਪਰ ਮੈਂ ਬੇਨਤੀ ਕਰਾਂਗਾ ਵੀ ਫੋਨ ਦੇ ਵਿੱਚ ਕਾਲ ਨਾ ਕਰੋ ਮੇਰਾ ਲਾਈਵ ਚੱਲ ਰਿਹਾ ਸੋ ਕੀ ਹੁੰਦਾ ਆ ਕਿ ਸਰਕਾਰਾਂ ਨਿਗਾਹ ਰੱਖਣੀ ਸ਼ੁਰੂ ਕਰ ਦਿੰਦੀਆਂ ਆ ਆਮ ਸ਼ੋਰ ਕਿ ਭਾਈ ਅਮਰਪਾਲ ਸਿੰਘ ਤੇ ਵੀ ਇਹਨਾਂ ਨੇ ਨਿਗਾਹ ਰੱਖੀ ਹੋਏਗੀ ਤੁਸੀਂ ਬਾਕੀ ਤਾਂ ਤਿੰਨ ਚਾਰ ਸੌ ਮੁੰਡਾ ਫੜ ਲਿਆ ਜਿਹੜਾ ਅਨ ਆਈਡੈਂਟੀਫਾਈਡ ਵੀ ਆ ਜਿਨ੍ਹਾਂ ਦੀ ਕਿਸੇ ਨੇ ਫੋਟੋ ਮੰਮ ਨਹੀਂ ਦੇਖੀ ਆ ਭਾਈ ਅਮਰਤਪਾਲ ਸਿੰਘ ਨੂੰ ਬੱਚਾ-ਬੱਚਾ ਜਾਣਦਾ ਸੀ ਉਹ ਕਿੱਦਾਂ ਭੱਜ ਕੇ ਬਾਹਰ ਜਾ ਸਕਦਾ ਹੈ ਇਹ ਬਹੁਤ ਹੀ ਬਟਾ ਇੱਕ ਸਵਾਲ ਆ ਕੀ ਭਾਈ ਅਮਰਤਪਾਲ ਸਿੰਘ ਨੂੰ ਅਰੈਸਟ ਕਰ ਲਿਆ ਗਿਆ ਹੈ ਸਰਕਾਰ ਨਹੀਂ ਦੱਸ ਰਹੀ ਕੀ ਭਾਈ ਅਮਰਤਪਾਲ ਸਿੰਘ ਵਾਕਿਆ ਹੀ ਇਹਨਾਂ ਨੇ ਭਜਾਇਆ ਜਾਂ ਉਹਨੂੰ ਭੱਜਣ ਦਾ ਮੌਕਾ ਦਿੱਤਾ ਤਾਂ ਕਿ ਉਹਦਾ ਕੋਈ ਜਾਨੀ ਨੁਕਸਾਨ ਕਰ ਸਕਣ ਇਹ ਪ੍ਰਮਾਤਮਾ ਜਾਣਦਾ ਜਾਂ ਇਹ ਸਰਕਾਰ ਜਾਣਦੀ ਹੈ ਪਰ ਲੇਕਿਨ ਜੋ ਕੁਛ ਵੀ ਇਹ ਬਾਪ ਰਿਆ ਆ 1% ਨਹੀਂ ਇਹ 1000% ਗਲਤ ਹੋਇਆ ਆ ਇਹ ਤਰੀਕਾ ਸਰਕਾਰ ਦਾ ਸਹੀ ਨਹੀਂ ਸੀ ਭਾਈ ਅਮਰਪਾਲ ਸਿੰਘ ਅਮਰਿਤਸਰੋਂ ਦਾ ਸੀ ਲੋਕਾਂ ਨੂੰ ਬਾਣੀ ਨਾਲ ਜੋੜਦਾ ਸੀ ਜਿਹੜਾ ਅਜਨਾਲੇ ਵਾਲਾ ਇਨਸੀਡੈਂਟ ਹੋਇਆ ਮੈਂ ਉਹਦਾ ਵਿਰੋਧ ਕਰਦਾ ਹਾਂ ਕੰਪਲੀਟਲੀ ਉੱਥੇ ਉਹਨਾਂ ਦੀ ਮੂਵਮੈਂਟ ਜਿਹੜਾ ਸਟੈਪ ਸੀ ਉਹਨਾਂ ਦਾ ਉਹ ਗਲਤ ਸੀ ਗੁਰੂ ਸਾਹਿਬ ਨੂੰ ਲੈ ਕੇ ਜਾਣਾ ਖਾਨੇ ਦੇ ਉੱਤੇ ਕਬਜ਼ਾ ਕਰਨਾ ਹਮਲਾ ਕਰਨਾ ਜੇਕਰ ਉਹਨਾਂ ਨੂੰ ਉਹਨਾਂ ਨੇ ਕੋਈ ਜੁਰਮ ਉਸ ਆਧਾਰ ਤੇ ਕੀਤਾ ਵੀ ਸੀ ਤਾਂ ਐਫ ਆਈ ਆਰ ਕਰਕੇ ਫੜ ਕੇ ਉਹਨਾਂ ਨੂੰ ਕਾਨੂੰਨ ਦੇ ਮਤਲਬਕ ਜੋ ਵੀ ਤੁਹਾਡੀ ਕਾਰਵਾਈ ਸੀ ਕਰਦੇ ਬਹੁਤ ਸਾਰੇ ਵੀਡੀਓ ਸੋਸ਼ਲ ਮੀਡੀਆ ਦੇ ਆਈਆਂ ਜਿਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਵੀ ਭਾਈ ਅਮਰਤਪਾਲ ਸਿੰਘ ਨੂੰ ਪੁਲਿਸ ਨੇ ਫੜ ਲਿਆ ਉਸ ਤੋਂ ਬਾਅਦ ਚ ਆਉਣ ਲੱਪੀਆਂ ਭਾਈ ਅਮਰਤਪਾਲ ਸਿੰਘ ਮੋਟਰਸਾਈਕਲ ਤੇ ਭੱਜ ਗਿਆ ਉਹ ਰੇੜੇ ਤੇ ਬੈਠ ਗਿਆ ਉਹ ਕਾਰ ਚ ਚਲੇ ਗਿਆ ਉਹ ਮਰਸੀਡੀ ਚ ਚਲੇ ਗਿਆ ਉਹ ਬਰੀਜਾ ਚ ਚਲੇ ਗਿਆ ਉਹ ਕਦੀ ਆਟੋ ਤੇ ਚਲੇ ਗਿਆ ਇੱਕ ਤਾਂ ਜਿਹੜਾ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਨਾ ਵਿਊ ਲੈਣ ਦੀ ਖਾਤਰ ਚੈਨਲਾਂ ਵਾਲੇ ਹਲਕੇ ਕੁੱਤੇ ਵਾਂਗੂ ਭੱਜੇ ਫਿਰਦੇ ਆ ਇਹ ਵੀ ਬਹੁਤ ਜ਼ਿਆਦਾ ਨੁਕਸਾਨ ਕਰਦੇ ਨੇ ਮੈਂ ਵੀ ਇੱਕ ਚੈਨਲ ਦਾ ਮਾਲਕ ਆ ਨਾ ਵੀ ਇੱਕ ਚੈਨਲ ਚਲਾ ਰਿਹਾ ਮੈਂ ਆਪਣੇ ਸਟਾਫ ਨੂੰ ਸਪੱਸ਼ਟ ਸਰਦਾਰ ਚ ਕਹਤਾ ਹੀ ਪਹਿਲੇ ਤੇ ਨਹੀਂ ਜੋ ਐਕਚੁਅਲ ਖਬਰ ਆ ਫੈਕਟ ਦੇ ਆਧਾਰ ਤੇ ਮੇਰੇ ਚੈਨਲ ਤੇ ਉਹ ਹੀ ਚੱਲੇਗੀ ਦੂਜੀ ਨਹੀਂ ਚੱਲੇਗੀ ਕੋਈ ਬੰਦਾ ਮੈਸੇਜ ਕਰ ਰਿਹਾ ਮੈਂ ਮੈਸੇਜ ਨਹੀਂ ਪੜ ਸਕਦਾ ਉਸ ਦੇ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ ਮੁੜ ਕੇ ਭਾਈ ਅਮਰਿਤਪਾਲ ਸਿੰਘ ਦੇ ਇਸ ਇਨਸੀਡੈਂਟ ਤੋਂ ਬਾਅਦ ਚ ਬਾਹਰਲੇ ਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਤੇ ਪ੍ਰੋਟੈਸਟ ਹੋਏ ਕੈਨੇਡਾ ਦੇ ਵਿੱਚ ਵੀ ਹੋਏ ਇੰਗਲੈਂਡ ਦੇ ਵਿੱਚ ਵੀ ਹੋਏ ਅਮਰੀਕਾ ਦੇ ਵਿੱਚ ਵੀ ਹੋਏ ਕੈਨੇਡਾ ਵਿੱਚ ਮੇਰੇ ਖਿਆਲ ਵਿੱਚ ਕਿਸੇ ਐਮਬੈਸਡਰ ਨੂੰ ਕੁੱਟਿਆ ਕੋਈ ਗੱਲ ਆਈ ਹੈ ਸਾਹਮਣੇ ਇੰਗਲੈਂਡ ਦੇ ਵਿੱਚ ਝੰਡਾ ਲਾ ਕੇ ਥੱਲੇ ਸੁੱਟਦਾ ਉੱਥੇ ਵੀ ਕਾफी ਕੁਝ ਹੋਇਆ ਐਨ ਸan franisco ਐਮਬੈਸੀ ਦੇ ਮੋਰੇ ਲਗਾਤਾਰ ਪ੍ਰੋਟੈਸਟ ਚੱਲ ਰਿਹਾ ਪੱਕਾ ਮੋਰਚਾ ਲੱਗਾ ਹੋਇਆ ਐਨ ਉੱਥੇ ਵੀ ਲੋਕਾਂ ਨੇ ਉੱਤੇ ਹਮਲਾ ਕੀਤਾ ਗਿਆ ਐਮਬੈਸੀ ਭੰਨ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ ਵੀਡੀਓ ਤੁਸੀਂ ਸਾਰਿਆਂ ਨੇ ਦੇਖ ਲਈਆਂ ਹੋਣੀਆਂ ਮੈਂ ਸan francisco ਵਾਲੇ ਪ੍ਰੋਟੈਸਟ ਦੇ ਲਾਈਵ ਦੇਖੇ ਨੇ ਕਈ ਲੋਕਾਂ ਦੇ ਜਿਹੜੇ ਉੱਥੇ ਜਾ ਕੇ ਲਾਈਵ ਪਾਉਂਦੇ ਨੇ ਆਪ ਕਈ ਲੋਕਾਂ ਦੇ ਲਾਈਵ ਦੇਖਿਆ ਨੇ ਉਹਦੇ ਬਾਰੇ ਮੈਂ ਹੁਣ ਗੱਲ ਕਰਨੀ ਚਾਹਾਂਗਾ ਬਹੁਤ ਸਾਰੇ ਚਿਹਰੇ ਉਹਦੇ ਜਿ ਇਦਾਂ ਦੇ ਦੇਖਣ ਨੂੰ ਮਿਲੇ ਨੇ ਜਿਹੜੇ ਸਾਲ ਦੇ ਵਿੱਚ ਚਾਰ-ਚਾਰ ਗੇੜੇ ਇੰਡੀਆ ਮਾਰਦੇ ਨੇ ਆਪ ਉਹ ਇੰਡੀਆ ਜਾਂਦੇ ਆ ਛਰੇਆਂ ਵੀਡੀਓ ਪਾਉਂਦੇ ਆ ਘੁੰਮਦੇ ਆ ਫਿਰਦੇ ਆ 6-6 ਮਹੀਨੇ ਵੀ ਕਈ ਰਹਿ ਕੇ ਆਉਂਦੇ ਆ ਐਂ ਇੱਥੇ ਆ ਕੇ ਉਹ ਨਾੜੇ ਵੀ ਮਾਰਦੇ ਆ ਤੁਹਾਨੂੰ ਵੀ ਪਤਾ ਆ ਮੈਨੂੰ ਵੀ ਪਤਾ ਆ ਕੋਈ ਖਾਲਸਤਾਨ ਦਾ ਖਖਾ ਵੀ ਬੋਂਦਾ ਨਾ ਤੇ ਸਰਕਾਰ ਫੜ ਕੇ ਅੰਦਰ ਕਰ ਦਿੰਦੀ ਆ ਜਿਹੜੇ ਮੁੰਡੇ ਫੜੇ ਹੋਇਆ ਉਹਨਾਂ ਨੇ ਕੀ ਕੀਤਾ ਸੀ ਭਾਈ ਅਮਰਪਾਲ ਸਿੰਘ ਦਾ ਕਿਸੇ ਦਾ ਫੋਟੋ ਪਾਤੀ ਕਿਸੇ ਨੇ ਸ਼ੇਅਰ ਕਰਤੀ ਉਹ ਸਾਰੇ ਅੰਦਰ ਨੇ ਜਿਹੜੇ ਇੱਥੇ ਹਰ ਸਾਲ ਕਦੀ ਤਿਰੰਗਾ ਸਾੜਦੇ ਆ ਕਦੀ ਅੰਦਰਸਤੀ ਬੋਰੇ ਨਾਅਰੇ ਲਾਉਂਦੇ ਆ ਕਦੀ ਉਹਨਾਂ ਨੂੰ ਗਾਲ੍ਹਾਂ ਕੱਢਦੇ ਆ ਉਹ ਸ਼ਰਮ ਇੰਡੀਆ ਵੀ ਜਾਂਦੇ ਆ ਇੱਥੇ ਆ ਕੇ ਉਹੀ ਕੰਮ ਫੇਰ ਕਰਦੇ ਆ ਉਹਨਾਂ ਨੂੰ ਸਰਕਾਰ ਕਿਉਂ ਨਹੀਂ ਕਹਿੰਦੀ ਕੁਝ ਵੀ ਤੁਹਾਨੂੰ ਕੀ ਲੱਗਦਾ ਉਹਨਾਂ ਦੀਆਂ ਫੋਟੋਆਂ ਨਹੀਂ ਉਹਨਾਂ ਕੋਲ ਉਹ ਉੱਥੇ ਖੜ ਕੇ ਸ਼ਰਿਆਮ ਉਹਨਾਂ ਦੀਆਂ ਫੋਟੋਆਂ ਖਿੱਚਦੇ ਆ ਪਹਿਲੀ ਗੱਲ ਇਹ ਤਾਂ ਆਪ ਹੀ ਇੰਨੇ ਕੋ ਲਾਈਵ ਪਾਉਂਦੇ ਆ ਟਿਕਟੌਕ ਤੇ ਵੀਡੀਓ ਪਾਉਂਦੇ ਆ ਉਹ ਉਹਨਾਂ ਨੂੰ ਆਪ ਮਿਲ ਜਾਂਦੀਆਂ ਸੋ ਜਿਹੜੀ ਇਹ ਦੋਗਲੀ ਨੀਤੀ ਖੇਡੀ ਜਾ ਰਹੀ ਹੈ ਨਾ ਵੀ ਲੋਕਾਂ ਦੇ ਮੁੰਡੇ ਮੁਰੇ ਕਰਕੇ ਆਪ ਪਿੱਛੇ ਕਰਕੇ ਐ ਦੇਖੋ ਇਥੇ ਇਹ ਸਾਬਤ ਹੁੰਦਾ ਆ ਵੀ ਇਹ ਉਹ ਲੋਕ ਨੇ ਜਿਹੜੇ ਸਰਕਾਰ ਦੇ ਕਹੇ ਤੇ ਮੁੰਡਿਆਂ ਤੋਂ ਇਹ ਕੰਮ ਕਰਾਉਂਦੇ ਨੇ ਸਰਕਾਰ ਜਿੰਨਾ ਕਿਨਾਂ ਨੂੰ ਆਰਡਰ ਦਿੰਦੀ ਆ ਉਹ ਇਹ ਕੰਮ ਕਰ ਦਿੰਦੇ ਨੇ ਇੱਕ ਤੋਂ ਬੰਦੇ ਇੱਥੇ ਇਤਾਂ ਦੇ ਵੀ ਹੈਗੇ ਨੇ ਮਹਾਪੁਰਸ਼ ਜਿਹੜੇ ਅਸਾਇਲਮ ਵਾਸਤੇ ਝੂਠੇ ਲੈਟਰ ਪੈਟਰਨ ਤੇ ਚਿੱਠੀਆਂ ਵੇਚਦੇ ਨੇ ਉਹ ਉਹਨਾਂ ਮੁੰਡਿਆਂ ਨੂੰ ਨਾਲ ਉੱਥੇ ਲਿਜਾ ਕੇ ਖੜਾ ਕੇ ਫੋਟੋਆਂ ਖਿਚਾਉਂਦੇ ਨੇ ਕਿ ਤੁਹਾਡਾ ਕੇਸ ਪੱਕਾ ਹੋ ਜੂ ਮੈਂ ਅਸਾਇਲਮ ਵਾਲੇ ਵੀਰਾਂ ਨੂੰ ਬੇਨਤੀ ਕਰਨੀ ਚਾਹਨਾ ਤੁਹਾਡਾ ਕੇਸ ਤੁਹਾਡੀ ਸਟੋਰੀ ਦੇ ਬੇਸ ਤੇ ਪੱਕਾ ਹੋਣਾ। ਗ੍ਰਾਂਟ ਹੋਣਾ ਜੱਜ ਨੇ ਕਰਨਾ ਕਿ ਨਹੀਂ ਕਰਨਾ। ਜੋ ਜੇਕਰ ਤੁਸੀਂ ਇੱਥੇ ਕੋਈ ਹੰਲਾ ਗੁੱਲਾ ਕਰਦੇ ਹੋ, ਜਿੰਨੀਆਂ ਮਰਜ਼ੀ ਫੋਟੋਆਂ ਖਚਾਈ ਜੋ, ਉਹਦੀ ਤੁਹਾਡੇ ਕੇਸ 'ਚ ਕੋਈ ਵੈਲਿਊ ਨਹੀਂ ਹੁੰਦੀ। ਤੁਹਾਡੇ ਨਾਲ ਪਿੱਛੇ ਕੀ ਹੋਇਆ? ਤੁਹਾਡੀ ਸਟੋਰੀ ਕੀ ਕਹਿੰਦੀ ਆ? ਉਹਦੇ ਬੇਸ ਦੇ ਉੱਤੇ ਜੋ ਤੁਹਾਡੇ ਨਾਲ ਹੋਣਾ, ਉਹੀ ਹੋਣਾ ਹੈ। ਤੁਸੀਂ ਇਹ ਗੱਲ ਆਪੋ ਆਪਣੇ ਵਕੀਲਾ ਤੋਂ ਵੀ ਕਨਫਰਮ ਕਰ ਸਕਦੇ ਹੋ। ਇਹ ਲੋਕ ਆਪਣੀਆਂ ਰੋਟੀਆਂ ਸੇਕਣ ਨੂੰ ਜਿਹੜੇ ਦੱਲੇ ਦੇ 도ਗਲੇ ਨੇ ਜਿਹੜੇ ਦੂਜਿਆਂ ਨੂੰ ਏਜੰਟ ਦੱਸਦੇ ਨੇ ਪਰ ਅਸਲ ਦੇ ਵਿੱਚ ਇਹ ਉਹ ਏਜੰਟ ਨੇ ਜਿਹੜੇ ਸਾਲ 'ਚ ਚਾਰ-ਚਾਰ ਘਿਹੜੇ ਇੰਡੀਆ ਵੀ ਮਾਰਦੇ ਨੇ ਇੱਥੇ ਆ ਕੇ ਨਾਰੇ ਵੀ ਲਾਉਂਦੇ ਨੇ ਇਹਨਾਂ ਨੂੰ ਕਦੀ ਤੁਸੀਂ ਮਾਰੀ ਦੀ ਸੂਈ ਚੁੰਮਦਰੀ ਦੇਖੀ ਆ ਕੋਈ ਕਬੀ ਸ਼ਰਬੀਏ ਤੇ ਨਾ ਖਾਲਿਸਤਾਨ ਦੀ ਕਾਪਤਾ ਦੋ ਵਾਰੀ ਗਾ ਦੇਵੇ ਉਹਨੂੰ ਵੀ ਦਿੱਲੀ 에ਰਪੋਰਟ ਤੇ ਘੇਰ ਲੈਂਦੇ ਆ ਕੋਈ ਖਾਲਿਸਤਾਨ ਦੇ ਨਗਰ ਕੀਰਤਨ ਦੀ ਐਡ ਵੀ ਲਵਾ ਦੇਵੇ ਉਹਨੂੰ ਵੀ ਦਿੱਲੀ 에ਰਪੋਰਟ ਤੇ ਘੇਰ ਲੈਂਦੇ ਆ ਜਿਹੜੇ ਸ਼ਰਿਆਮ ਉੱਥੇ ਜਾ ਕੇ ਨਾਰਾ ਵਾੜੀ ਕਰਕੇ ਉਹਨਾਂ ਨੂੰ ਮਾਂ ਭੈਣਾਂ ਦੀਆਂ ਗਾਲਾਂ ਕੱਢ ਕੇ ਇੱਥੋਂ ਸਾਬਤ ਹੁੰਦਾ ਆ ਭਾਰਤੀ ਕੌਂਸਲਟ ਸਾਨ ਫ੍ਰਾਂਸਿਸਕੋ ਤੇ ਨਾਲ ਹੀ ਇਹ ਜਿਹੜੇ ਏਜੰਟ ਇਹ ਇਕੱਠੇ ਰਲੇ ਹੋਏ ਆ ਇਹ 도ਗਲੀ ਨੀਤੀ ਖੇਡਦੇ ਆ ਕੌਂਸਲਟ ਵਾਲੇ ਇਹਨਾਂ ਨੂੰ ਜੋ ਕਹਿੰਦੇ ਆ ਵੀ ਇੰਨਾ ਕੁ ਤੁਸੀਂ ਨਾਰਾ ਲਾ ਦਿਓ ਇੰਨਾ ਕੁ ਕੰਮ ਕਰ ਦਿਓ ਉਹ ਅਸੀਂ ਬਾਕੀ ਸਾਂਭ ਲਾਂਗੇ ਸਾਨੂੰ ਆਮ ਜਨਤਾ ਨੂੰ ਜਾਗਣ ਦੀ ਲੋੜ ਆ ਪ੍ਰੋਟੈਸਟ ਕਰਨਾ ਸਾਡਾ ਕਾਨੂੰਨੀ ਅਧਿਕਾਰ ਆ ਪ੍ਰੋਟੈਸਟ ਕਰਕੇ ਸਰਕਾਰ ਨੂੰ ਜਗਾਉਣਾ ਸਾਡਾ ਕਾਨੂੰਨੀ ਅਧਿਕਾਰ ਆ ਪਰ ਇਹਦਾ ਮਤਲਬ ਇਹ ਨਹੀਂ ਵੀ ਇਹ ਲੋਕ ਤੁਹਾਨੂੰ ਵਰਤਣ ਪ੍ਰੋਟੈਸਟ ਹੋਣੇ ਚਾਹੀਦੇ ਮੈਮੋਰੈਂਡਮ ਦੇਣੇ ਚਾਹੀਦੇ ਆਪਣੀ ਆਵਾਜ਼ ਉਠਾਉਣੀ ਚਾਹੀਦੀ ਆ ਪਰ ਜਿਸ ਤਰੀਕੇ ਨਾਲ ਇਹ ਲੋਕੀ ਮੁੰਡਿਆਂ ਤੋਂ ਗਲਤ ਕੰਮ ਕਰਾ ਕੇ ਮੁੰਡਿਆਂ ਨੂੰ ਪਸਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਮੁੰਡਿਆਂ ਦਾ ਨੁਕਸਾਨ ਕਰ ਰਹੇ ਨੇ ਹੁਣ ਜਿਹੜੇ ਮੁੰਡੇ ਪੱਕਾ ਮੋਰਚਾ ਲਾ ਕੇ ਉੱਥੇ ਬੈਠੇ ਨੇ ਉਹਨਾਂ ਨੇ ਕਈ ਵਾਰੀ ਲਾਈਵ ਮੈਂ ਟਿਕਟੌਕ ਦੇ ਹੁੰਦਾ ਹਾਂ ਨਾ ਟਿਕਟੌਕ ਦੇ ਲਾਈਵ ਆ ਜਾਂਦੇ ਆ ਉਹ ਕਈ ਵਾਰੀ ਇਤਾਂ ਦੀ ਗੰਦੀ ਭਾਸ਼ਾ ਵਰਤਦੇ ਆ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਆ ਅਸੀਂ ਪ੍ਰੋਟੈਸਟ ਕਰਦੇ ਕਾਦੇ ਵਾਸਤੇ ਆ ਪ੍ਰੋਟੈਸਟ ਦਾ ਹਤਾ ਮਤਲਬ ਆ ਅਸੀਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣੀ ਐ ਜਿਹੜਾ ਇੱਕ ਕੌਂਸੂਲੇਟ ਆ ਚਾਹੇ ਅੰਬੈਸੀ ਆ ਉਹ ਸਾਡਾ ਇੱਕ ਰਸਤਾ ਆ ਵੀ ਸਾਡੀ ਆਵਾਜ਼ ਉਹ ਕਹਾ ਜਦ ਦਿੱਲੀ ਸਰਕਾਰ ਤੱਕ ਪਹੁੰਚਾਵੇ ਜਦੋਂ ਅਸੀਂ ਇਹਨਾਂ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਆ ਮੂਤ ਪੀਣੇ ਦੱਸਦੇ ਆ ਬਾਹਣੀਆਂ ਚੱਕਰ ਜਾਵਾਂਗੇ ਐਦਾਂ ਦੀਆਂ ਭਾਸ਼ਾ ਵਰਤਦੇ ਆ ਤੁਹਾਨੂੰ ਕੀ ਲੱਗਦਾ ਇਹ ਸਾਡੀ ਆਵਾਜ਼ ਕਹਾ ਪਹੁੰਚਉਣਗੇ ਉਹ ਤਾਂ ਉਲਟਾ ਆਪਣੇ ਖਿਲਾਫ ਮੈਕਸਿਮਮ ਨੈਤਵ ਨੈਤਵ ਰਿਪੋਰਟ ਲਿਖ ਕੇ ਭੇਜਣਗੇ ਇਹ ਤਾਂ ਉਹਨਾਂ ਦੇ ਕਰਿੰਦੇ ਆ EMPLOYEES ਨੇ ਉਹਨਾਂ ਦੇ ਸਾਨੂੰ ਤਾਂ ਇਨਾ ਤੋਂ ਸਹਿਮਤੀ ਲੈ ਕੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣੀ ਚਾਹੀਦੀ ਆ ਪਉਸ ਤੋਂ ਬੇਨਾ ਪਰ ਉਹ ਕੰਮ ਹੋਣ ਨਹੀਂ ਦਿੰਦੇ ਜਿਹੜੇ ਆ ਏਜੰਟ ਤੁਹਾਡੇ ਚ ਘੁੰਮਦੇ ਹੁੰਦੇ ਨੇ ਜਿਹੜੇ ਉੱਥੇ ਜਾਂਦੇ ਨੇ ਨਾਰੇ ਵੀ ਲਾਉਂਦੇ ਨੇ ਮੁੰਡੇ ਪਿੱਛੇ ਖੜ ਕੇ ਐਦਾਂ ਦੇਖਦੇ ਹੁੰਦੇ ਆ ਵੀ ਕੋਈ ਨਹੀਂ ਮੁੰਡੇ ਲੱਗੇ ਹੋਇਆ ਕੰਮ ਕਰਨ ਜਿੰਨਾ ਕ ਸਾਨੂੰ ਦਿੱਲੀੋਂ ਆਰਡਰ ਆਇਆ ਉਹਨਾਂ ਕ ਅਸੀਂ ਕਰ ਲਾਂਗੇ ਵਿਰੋਧ ਪ੍ਰੋਟੈਸਟ ਕਰਨ ਵੇਲੇ ਆ दोगਲੇ ਚਿਹਰਿਆਂ ਨੂੰ ਪਛਾਣੋ ਮੁੜ ਕੇ ਇਹੇ ਤੁਹਾਡੀ ਜਾ ਕੇ ਆਇਡੈਂਟੀਫਿਕੇਸ਼ਨ ਸਰਕਾਰ ਨੂੰ ਦਿੰਦੇ ਨੇ ਆ ਬੰਦਾ ਆ ਸੀ ਆ ਬੰਦਾ ਆ ਸੀ ਕਿਉਂਕਿ ਇਹਨਾਂ ਨੇ ਆਪਣੇ ਨੰਬਰ ਵੀ ਬਣਾਉਣੇ ਹੁੰਦੇ ਆ ਅੱਜ ਤੱਕ ਜਿਹੜੇ 25 30 ਹੈਗੇ ਨੇ ਸਾਰਾ ਸਾਲ ਇੰਡੀਆ ਜਾਂਦੇ ਨੇ ਆਉਂਦੇ ਨੇ ਇਹਨਾਂ ਨੂੰ ਕਿਉਂ ਨਹੀਂ ਕਿਸੇ ਨੇ ਕੁਝ ਕਿਹਾ ਸਰਕਾਰ ਇਹਨਾਂ ਨੂੰ ਕਿਉਂ ਨਹੀਂ ਰੋਕਦੀ ਵਈ ਤੁਹਾਨੂੰ ਆਪਣੇ ਕੰਨ ਤੇ ਅੱਖਾਂ ਖੋਲਣ ਦੀ ਲੋੜ ਆ ਆਪਣੇ ਆਲੇ ਦੁਆਲੇ ਬੈਠੀਆਂ ਭੇਟਾ ਸਰਕਾਰੀ ਬਿੱਲੀਆਂ ਨੂੰ ਪਛਾਣਨ ਦੀ ਲੋੜ ਆ ਇਹ ਸਭ ਤੋਂ ਵੱਧ ਦੂਜੇ ਲੋਕਾਂ ਨੂੰ ਕਹਿਤ ਦੱਸਦੇ ਆ ਕਿਉਂ ਕਿ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਆਪਣਾ ਪਾਲਾ ਮਾਰਤਾ ਹੁੰਦਾ ਸਭ ਤੋਂ ਮਾੜੀ ਤਰਾਸ ਦੀ ਸਾਡੀ ਸਿੱਖ ਕੌਮ ਦੇ ਵਿੱਚ ਇਹੀ ਆ ਇਹ ਲੋਕ ਕਿਸੇ ਨੂੰ ਬਦਨਾਮ ਕਰਨ ਵਾਸਤੇ ਉੱਤੇ ਕੋਈ ਨਾ ਕੋਈ ਅਲਿਗੇਸ਼ਨ ਲਾ ਦਿੰਦੇ ਆ ਜਿੱਦਣ ਇਹ ਇੰਡੀਆ ਜਾਂਦੇ ਆ ਕੀ ਉਹ ਤਨੇ ਇਹ ਭਾਰਤ ਦੇ ਜਹਾਜ਼ ਤੇ ਨਹੀਂ ਜਾਂਦੇ ਉੱਥੇ ਦਿੱਲੀ 에어ਪੋਰਟ ਤੇ ਲੈਣ ਨਹੀਂ ਕਰਦੇ ਜਦੋਂ ਆਪਾਂ ਕਸਟਮ ਫਾਰਮ ਭਰਦੇ ਆ ਉਹਦੇ ਵਿੱਚ ਇੱਕ ਉਸਦੀ ਲਿਖੀ ਹੁੰਦੀ ਆ ਉੱਥੇ ਸੌ ਨਹੀਂ ਜਾਂਦੇ ਉਹਨਾਂ ਦੀ ਇਮੀਗ੍ਰੇਸ਼ਨ ਸਾਡੀ ਨੰਕੇ ਨਹੀਂ ਜਾਂਦੇ ਵੀਜ਼ਾ ਲੈ ਵੀਜ਼ਾ ਲੈਣ ਵੇਲੇ ਵੀਜ਼ੇ ਦੀ ਐਪਲੀਕੇਸ਼ਨ ਨਹੀਂ ਭਰਦੇ ਇੰਡੀਆ ਦਾ ਪਾਸਪੋਰਟ ਲੈਣ ਲਈ ਕੀ ਗੱਲ ਪਾਸਪੋਰਟ ਦੇ ਉਸ ਲਈ ਚੱਕਦੇ ਜਿਹੜਾ ਬੰਦਾ ਸਾਰਾ ਸਾਲ ਸਰਕਾਰ ਨੂੰ ਕਾਲਾ ਵੀ ਕੱਢੇ ਮੁਰਗ ਦੇ ਦਸੰਬਰ ਦੇ ਵਿੱਚ ਸਾਗ ਜੀਆਂ ਰੋਟੀਆਂ ਤੇ ਸਾਗ ਸਾਗ ਮੱਕੀ ਦੀਆਂ ਰੋਟੀਆਂ ਵੀ ਉੱਥੇ ਖਾਵੇ ਜਾ ਕੇ ਤੁਹਾਨੂੰ ਕੀ ਲੱਗਦਾ ਸਰਕਾਰੀ ਨਹੀਂ ਆ ਇਹ ਗੱਲਾ ਪਹਿਚਾਣਨ ਦੀ ਲੋੜ ਆ ਪ੍ਰੋਟੈਸਟ ਕਰੋ ਆਪਣੀ ਆਵਾਜ਼ ਪਹੁੰਚਾਓ ਪਰ ਸਭਿਆਤ ਤਰੀਕੇ ਦੇ ਨਾਲ ਪ੍ਰੋਟੈਸਟ ਕਰਨਾ ਗੁਨਾਹ ਨਹੀਂ ਆ ਹੱਲਾ ਗੁਲਾ ਕਰਨਾ ਮਾਰ ਤਾਲ ਕਰਨੀ ਉਹ ਗੁਨਾਹ ਆ ਹੁਣ ਜਿਹੜਾ ਕੰਮ ਤੁਹਾਡ ਨੂੰ ਕੀ ਲੱਗਦਾ ਉਹ ਨਾ ਮੁੰਡਿਆਂ ਨੇ ਪੰਜਾ ਛਿਆ ਨੇ ਉੱਥੇ ਕੀਤਾ ਉਹਨਾਂ ਨੂੰ ਸਰਕਾਰ ਛੱਡ ਦੂਗੀ ਜਿਹੜੇ ਉੱਥੇ ਖੜੇ ਸੀ ਉਹਨਾਂ ਨੇ ਕਹਾ ਨਾਂ ਦਿੱਤੇ ਆ ਉਹ ਇਹਨਾਂ ਨੂੰ ਲੋਕ ਉਹਨਾਂ ਨੂੰ ਬਜ਼ਾਮ ਕਰੂਗੀ ਮੁੜ ਕੇ ਕਿਉਂਕਿ ਕਈਆਂ ਨੇ ਤਾਂ ਆਪਣਾ ਗ੍ਰੀਨ ਕਾਰਡ ਲੈਣ ਲਈ ਉਹਨਾਂ ਦੀ ਬਲੀ ਵੀ ਦੇਣੀ ਆ ਵੀ ਅਸੀਂ ਗਵਾਹ ਬਣ ਜਾਂਦੇ ਆ ਉਹ ਭਾਈ ਜਿਹੜੇ ਨਵੇਂ ਆਏ ਮੁੰਡੇ ਆ ਤੁਸੀਂ 30 30 40 40 ਲੱਖ ਲਾ ਕੇ ਆਏ ਆ ਇਦਾਂ ਅਸਾਈਲਮ ਨਹੀਂ ਪੱਕੇ ਹੁੰਦੇ ਪੀਸਫੁਲੀ ਪ੍ਰੋਟੈਸਟ ਕਰਨਾ ਸਾਡਾ ਹੱਕ ਆ ਭਾਈ ਅਮਰਪਾਲ ਸਿੰਘ ਨਾਲ ਜੋ ਹੋਇਆ ਉਹ ਗਲਤ ਹੋਇਆ ਸਾਨੂੰ ਉਹਦੇ ਲਈ ਆਵਾਜ਼ ਉਠਾਉਣੀ ਚਾਹੀਦੀ ਸੀ ਮੈਂ ਆਪਣੀ ਸਹਿਮਤੀ ਕਰਦਾ ਤਤੋਂ ਹੋਰ ਕਿੰਨੇ ਕ ਅਮਰੀਕਨ ਆਪਣੇ ਇੰਡੀਅਨ ਅਮਰੀਕਨ ਮੀਡੀਆ ਨੇ ਉਹਦੇ ਹੱਕ ਚ ਪੋਸਟਾਂ ਪਾਈਆਂ ਕਿੰਨਿਆਂ ਘਰ ਦੀ ਖਬਰ ਪਾਈ ਆ ਸੁਸਰੀਆਂ ਨੂੰ ਸੰਗ ਹੈ ਸੋ ਇਸ ਕਰਕੇ ਜਿਹੜੇ ਮੁੰਡੇ ਉੱਥੇ ਜਾਂਦੇ ਆ ਪ੍ਰੋਟੈਸਟ ਕਰਨ ਆ ਕਾਲੀਆਂ ਬੱਕਰੀਆਂ ਬਿੱਲੀਆਂ ਭੇਡਾਂ ਜੋ ਵੀ ਤੁਸੀਂ ਇਹਨਾਂ ਨੂੰ ਨਾਂ ਦੇਣਾ ਪਹਿਲਾਂ ਤਾਂ ਇਹਨਾਂ ਨੂੰ ਭਜਾਓ ਉੱਥੋਂ ਜਿੰਨੇ ਚਿਰ ਤੁਸੀਂ 도ਗਲਿਆਂ ਨੂੰ ਨਹੀਂ ਭਜਾਉਂਗੇ ਨਾ ਤੁਹਾਡੇ ਮਿਸ਼ਨ ਕਦੀ ਸਕਸੈਸ ਨਹੀਂ ਹੋਣਗੇ ਕਿਉਂਕਿ ਇਹ ਪਹਿਲਾ ਪੜ ਤੋਂ ਪ੍ਰੋਟੈਸਟ ਕਰਾਉਂਦੇ ਆ ਮੁੜ ਕੇ ਤੁਹਾਡੀ ਬਲੀ ਦਿੰਦੇ ਆ ਇਹਨਾਂ ਦੀ ਡਿਊਟੀਆਂ ਨੇ ਮਾਨ ਸਾਹਿਬ ਦਾ ਬਿਆਨ ਸੁਣਿਆ ਸੀ ਮੈਂ ਜਿੱਦਣ ਅਮਰਪਾਲ ਸਿੰਘ ਨੂੰ ਫੜਿਆ ਹੀ ਆ ਅਖੇ ਜੀ ਬਾਹਰ ਦੇ ਸਖ ਕੋਣ ਸਾਨੂੰ ਪੈਸੇ ਭੇਜਣ ਕੀ ਉਹ ਮੌਕਾ ਸੀ ਪੈਸੇ ਮੰਗਣ ਦਾ ਸਖ ਕੌਮ ਤਾਂ ਇੰਨੀ ਵੈਸੇ ਹੀ ਦਿਆਲ ਆ ਕਦੀ ਭੀੜ ਪਾਉਗੀ ਨਾ ਕੌਮ ਤੇ ਲੋਕੀ ਪੈਸੇ ਨਾਲ ਮੀਂਹ ਭਰਾਉਗੇ ਮਾਨ ਸਾਹਿਬ ਦਾ ਪਹਿਲਾ ਬਿਆਨ ਇਹ ਸੀ ਵੀ ਬਾਹਰ ਦੇ ਸਟਾਕਸਾਂ ਨੂੰ ਪੈਸੇ ਭੇਜਣ ਅੱਗੇ ਤੁਹਾਡੇ ਇੱਥੇ ਬੰਦੇ ਲੈਟਰ ਪੈਪਰ ਦੇ ਚਿੱਠੀਆਂ ਤੇ ਆਈਡੀਆਂ ਵੇਚ ਕੇ ਥੋੜਾ ਕਮਾਈ ਜਾਂਦੇ ਆ ਉਹਨਾਂ ਨੂੰ ਕਹੋ ਭੇਜੋ ਉਹਨਾਂ ਦਾ ਆਪਣਾ ਨਹੀਂ ਸਰਦਾ ਕਈ ਕਈ ਬਿਜ਼ਨਸ ਬਣਾਈ ਬੈਠੇ ਨੇ ਸਾਹ ਸੰਗਤ ਜੀ ਇੱਕੋ ਹੀ ਬੇਨਤੀ ਆ बार-बार ਕਿ ਸਾਨੂੰ ਆਪਣੀ ਜੇ ਹੀ ਅਮਰੀਕਾ ਦੇ ਵਿੱਚ ਵਧੀਆ ਜ਼ਿੰਦਗੀ ਜਿਣੀ ਆ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਲਾਉਣਾ ਆ ਸਾਨੂੰ ਜਾਗਣ ਦੀ ਲੋੜ ਆ ਗੁਰੂ ਘਰਾਂ ਵਿੱਚ ਇਹਨਾਂ ਨੂੰ ਗੈਂਗਸਟਰਾਂ ਨੂੰ ਗੈਂਗਸਟਰਾਂ ਦੀ ਸਪੋਰਟ ਕਰਨ ਵਾਲੀਆਂ ਕਮੇਟੀਆਂ ਨੂੰ ਕਾਲੀਆਂ ਭੇਡਾਂ ਨੂੰ ਜਿਹੜੇ ਤੁਹਾਨੂੰ ਯੂਜ਼ ਕਰਕੇ ਆਪ ਅਖੌਤੀ ਪੰਥਕ ਲੀਡਰ ਬਣੇ ਹੋਇਆ ਐਡਾ-ਐਡਾ ਦਾੜਾ ਛੱਡ ਕੇ ਐਡਾ ਸਿਰ ਤੇ ਪੱਗ ਬੰਨ ਲੈਂਦੇ ਆ ਓਏ ਇਕੱਲੀ ਪੱਗ ਬੰਨ ਕੇ ਤਾਂ ਦਾੜੀ ਰੱਖ ਕੇ ਨਾ ਤੁਸੀਂ ਲੀਡਰ ਨਹੀਂ ਬਣ ਗਏ ਤੁਸੀਂ ਉਹਨਾਂ ਮੁੰਡਿਆਂ ਦੀਆਂ ਬਲੀਆਂ ਦੇ ਰਹੇ ਹੋ ਅੱਗੇ ਇਹ ਉਹੀ ਲੋਕ ਨੇ ਜਿਨ੍ਹਾਂ ਨੇ 84 ਤੋਂ ਲੈ ਕੇ 95 ਤੱਕ ਦੇ ਮੁੰਡਿਆਂ ਦੇ ਨਾਂ ਤੇ ਪੈਸੇ ਇਕੱਠੇ ਕੀਤੇ ਗੁਰਦੁਆਰਿਆਂ 'ਚ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਮੁੰਡਿਆਂ ਦੇ ਨਾਂ ਤੇ ਟੇਬਲ ਲਾ ਲਾ ਕੇ ਡਾਲਰ ਬਰੋੜ ਕੇ ਅੱਜ ਬੜੀਆਂ-ਬੜੀਆਂ ਟਰੱਕਿੰਗ ਕੰਪਨੀਆਂ ਦੇ ਮਾਲਕ ਬਣੇ ਬੈਠੇ ਆ ਇਹਨਾਂ ਵਿੱਚੋਂ ਅੱਧੇ ਉਹ ਨੇ ਜਿਹੜੇ ਉੱਥੋਂ ਪੁਲਿਸ ਦੇ ਟਾਟ ਬਣ ਕੇ ਇੱਥੇ ਆਏ ਹੋਏ ਨੇ ਜਿਹੜੇ ਪੁਲਿਸ ਨੇ ਇੱਥੇ ਭਰਤੀ ਕੀਤੀ ਹੋਈ ਨਹੀਂ ਸੋਚੋ ਜੇ ਤੁਸੀਂ ਅੱਜ ਮਨਾ ਜਾ ਕੇ ਇਹ ਤੁਹਾਡਾ ਇੰਨਾ ਕੁ ਨੁਕਸਾਨ ਕਰ ਦੇਣਗੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਸਾਨੂੰ ਉੱਠਣ ਜੋਗੇ ਦੀ ਛਟਣਾ ਹਜੇ ਤੱਕ ਕਿਤੇ ਕਿਤੇ ਗੋਲੀ ਚੱਲਦੀ ਆ ਨਾ ਫਿਰ ਰੋਜ਼ ਗੋਲੀਆਂ ਚੱਲਿਆ ਕਰਨੀਆਂ ਸਾਹਾ ਸੰਗਤ ਜੀ ਲਾਸਟ ਦੇ ਵਿੱਚ ਇੱਕ ਹੋਰ ਜਿਹੜੀ ਇਨਸੀਡੈਂਟ ਅੱਜ ਹੋਇਆ ਉਹਦੇ ਬਾਰੇ ਵੀ ਦੱਸਣਾ ਚਾਹਾਂਗਾ ਮੈਨੂੰ ਬਲਾਕ ਨੰਬਰ ਤੋਂ ਕਾਲ ਆਉਂਦੀ ਆ ਕਿ ਜੇ ਤੂੰ ਮੋਡੇਸਟੋ ਗੁਰੂ ਘਰ ਦੀ ਰਾਜਨੀਤੀ ਤੇ ਵਿੱਚ ਦਖਲਅੰਦਾਜ਼ੀ ਦਿੱਤੀ ਤਾਂ ਤੈਨੂੰ ਗੋਲੀ ਮਾਰ ਦਾਂਗੇ ਕਿਉਂਕਿ ਸਾਡੇ ਵੀ ਥੋੜਾ ਜਿਹਾ ਕਮੇਟੀ ਦਾ ਰੋਲਾ ਗੋਲਾ ਚੱਲਦਾ ਸੀ ਇਸ ਕਰਕੇ ਮੈਂ ਉਹਨੇ ਕਿ ਨਵਾਲੇਸੀ ਮੈਨੂੰ ਨਹੀਂ ਪਤਾ ਉਹ ਕਿਨੇ ਕਰਾਈ ਆ ਕਮੇਟੀ ਨੇ ਕਰਾਈ ਆ ਕਿਸ ਨੇ ਬਾਹਰਲੇ ਨੇ ਕਰਾਈ ਆ ਜਿਹਨੇ ਵੀ ਉਹ ਕਾਲ ਕਰਾਈ ਆ ਜੇ ਤਾਂ ਤੂੰ ਆਪਣੇ ਇੱਕ ਪਿਓ ਦਾ ਜਾਂ ਜਿਹੜੇ ਕਰਾਉਣ ਵਾਲੇ ਨੇ ਤੁਸੀਂ ਇੱਕ ਪਿਓ ਦੇ ਹੈਗੇ ਆ ਤਾਂ ਮੈਨੂੰ ਸਿੱਧੀ ਕਾਲ ਕਰ ਲੋ ਮੈਂ ਤਾਂ ਹਰ ਐਤਵਾਰ ਗੁਰਦੁਆਰੇ ਜਾਣਾ ਬਿਨਾ ਨਾਗੇ ਤੋਂ ਅਗਲੇ ਐਤਵਾਰ ਵੀ ਆਉਣਾ ਮੈਂ ਕੋਈ ਲੋਕ ਕੇ ਘੁੰਡ ਕੱਢ ਕੇ ਨਹੀਂ ਘਰ ਆ ਫਿਰਦਾ ਸ਼ਰਮ ਤੋਰਾ ਫਿਰਦਾ ਜੇ ਤੁਸੀਂ ਮੈਨੂੰ ਆਪਣੀ ਭੈਣ ਦਾ ਰਿਸ਼ਤਾ ਕਰਨਾ ਹੀ ਹੈ ਨਾ ਮੂੰਹ ਤੇ ਆ ਕੇ ਕਰਿਓ ਇਹ ਨਹੀਂ ਤੂੰ ਬਲਾਕ ਨੰਬਰ ਤੋਂ ਕਾਲਾ ਕਰਕੇ ਦੀ ਮੈਨੂੰ ਕਾਲਾ ਕਰੋ ਸੋ ਜਿਹੜਾ ਵੀ ਹੈਗਾ ਜਿਹਨੇ ਵੀ ਕਾਲ ਕੀਤੀ ਆ ਮੈਨੂੰ ਲੱਗਦਾ ਉਹਦੀ ਮਾਂ ਨੂੰ ਇਹ ਨਹੀਂ ਪਤਾ ਹੋਣਾ ਵੀ ਉਹ ਕਿਹਦਾ ਪੁੱਤ ਆ ਉਹਨੂੰ ਆਪਣੇ ਪਿਓ ਦਾ ਅਸਲੀ ਨਾਂ ਨਹੀਂ ਪਤਾ ਹੋਣਾ ਸੋ ਇਸ ਕਰਕੇ ਬੰਦੇ ਦੇ ਪੁੱਤ ਬਣ ਜਾਓ ਧਮਕੀਆਂ ਤੁਮਕੀਆਂ ਤੋਂ ਨਾਂ ਮੈਂ ਅੱਗੇ ਡਰਿਆ ਨਾਂ ਮੈਂ ਹੰਡਰਾ ਮਰਨਾ ਤਾਂ ਇੱਕੋ ਤੇਰੀ ਆ ਗੋਲੀ ਮਾਰ ਦੋਗੇ ਮਤਲਬ ਮਰ ਜਾਊਗਾ ਪਰ ਮੈਂ ਆਪਣੇ ਲੋਕਾਂ ਵਾਸਤੇ ਲੋਕਾਂ ਦੇ ਹੱਕਾਂ ਵਾਸਤੇ ਸੱਚ ਬੋਲਣ ਵਾਸਤੇ ਮੈਂ ਲੜਦਾ ਰਹਾਗਾ ਜਿੰਨਾ ਚਿਰ ਮੇਰੇ ਸਾਹ ਚੱਲਦੇ ਨੇ ਮੇਰੀ ਅੱਜ ਵਾਲੀ ਵੀਡੀਓ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਮੈਕਸਿਮਮ ਜਿੰਨੇ ਵੀ ਮੁੰਡੇ ਹੈਗੇ ਨੂੰ ਸ਼ੇਅਰ ਕਰ ਦਿਓ ਪਹੁੰਚਾ ਦਿਓ ਮੈਸੇਜ ਤਾਂ ਕਿ ਕਾਲੀਆਂ ਭੇਡਾਂ ਤੋਂ ਬਚਿਆ ਜਾ ਸਕੇ ਔਰ ਜਿਹੜੇ ਪ੍ਰੋਟੈਸਟ ਤੇ ਮੁੰਡੇ ਬੈਠੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਣੀ ਭਾਸ਼ਾ ਸੁਧਾਰ ਲਓ ਸਭੇ ਭਾਸ਼ਾ ਦੇ ਵਿੱਚ ਤੁਸੀਂ ਪ੍ਰੋਟੈਸਟ ਕਰੋ ਕੋਈ ਪ੍ਰੋਬਲਮ ਨਹੀਂ ਆ ਪਰ ਆ ਜਿਹੜੇ ਤੁਹਾਨੂੰ ਬਖਲਾ ਕੇ ਉਂਗਲ ਦੇ ਕੇ ਤੁਹਾਡੇ ਤੋਂ ਗਲਤ ਕੰਮ ਕਰਾ ਰਹੇ ਆ ਕੱਲ ਨੂੰ ਇਹਨਾਂ ਨੇ ਤੁਹਾਡੇ ਖਿਲਾਫ ਗਵਾਹ ਬਣ ਜਾਣ ਇਹਨਾਂ ਕਹਿੰਦਾ ਹੋਇਆ ਅੱਜ ਦਾ ਲਾਈਵ ਖਤਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ